ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ, ਤੁਹਾਨੂੰ ਪਤਾ ਵੀ ਇੱਥੇ ਕਾਫੀ ਉਹਨੂੰ ਪਈ ਔਖਾ ਸਮਾਂ ਸਾਹਮਣਾ ਕਰਨਾ ਪੈਂਦਾ ਇੱਥੇ ਪਈ। ਸਾਰੀ ਖਾਲਸਾ ਸਾਡੀ ਕਨੇਡਾ ਵੱਲੋਂ ਮਦਦ ਚੱਲਦੀ ਪਈ, ਉਹਨੇ ਜਿੰਨੀ ਥੋੜ੍ਹੀ ਸੌਖੀ ਕਰ ਦਈਏ, ਅਤੇ ਹਰ ਮਹੀਨੇ ਇੱਥੇ ਫੂਡ ਜਿਹੜੇ ਫੂਡ ਪੈਕ ਗਰੋਸਰੀ ਦਾ ਪੈਕ ਡਿਸਟ੍ਰੀਬਿਊਸ਼ਨ ਹੁੰਦਾ, ਅੱਜ ਇੱਥੇ ਤਾਂ 300-325 ਜਾਂ 50 ਤਕਰੀਬਨ ਇੱਥੇ ਗਰੋਸਰੀ ਦੇ ਪੈਕ ਇਸ ਵੇਲੇ ਡਿਸਟ੍ਰੀਬਿਊਸ਼ਨ ਹੋ ਰਿਹਾ ਜੀ ਟੀ ਏਰੀਆ ਵਿੱਚ। ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਅਤੇ ਆਫਤਾਂ ਵਿੱਚ ਸਭ ਤੋਂ ਮੂਹਰੇ ਖੜਨ ਵਾਲੀ ਸੰਸਥਾ ਖਾਲਸਾ ਏਡ ਦੇ ਵੱਲੋਂ ਬੀਤੇ ਕੱਲ੍ਹ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ ਬ੍ਰੈਂਪਟਨ ਦੇ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਗਲਿਡਨ ਗੁਰਦੁਆਰਾ ਸਾਹਿਬ ਵਿੱਚ ਲੋੜਵੰਦਾਂ ਅਤੇ ਜ਼ਰੂਰਤਮੰਦਾਂ ਦੇ ਨਾਲ ਨਾਲ ਮਹਿੰਗੀ ਜੀਵਨ ਲਾਗਤ ਦੀ ਮਾਰ ਚੱਲ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੁੱਕਾ ਭੋਜਨ ਅਤੇ ਰਸ ਵੰਡਣ ਲਈ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਖਾਲਸਾ ਏਡ ਤੋਂ ਸੇਵਾਦਾਰ ਰਣਵੀਰ ਕੌਰ ਦੱਸਦੇ ਹਨ ਕਿ ਉਹਨਾਂ ਦਾ ਟੀਚਾ 10 ਮਈ ਤੱਕ ਸਮੁੱਚੇ ਕੈਨੇਡਾ ਵਿੱਚ 2 ਲੱਖ ਭੋਜਨ ਦੇ ਬੈਗ ਇਕੱਠੇ ਕਰਕੇ ਜ਼ਰੂਰਤਮੰਦਾਂ ਵਿੱਚ ਵੰਡਣਾ ਹੈ। ਆਪਣੇ ਖਾਲਸਾ ਏਡ ਟੋਰਾਂਟੋ ਜੀ ਟੀ ਏ ਚੈਪਟਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿ ਫੂਡ ਡਰਾਈਵ। ਇਹ ਜਿਹੜਾ ਪ੍ਰੋਗਰਾਮ ਹੈ ਵੱਖਰੇ ਵੱਖਰੇ ਚੈਪਟਰਸ ਅਕਰੋਸ ਕੈਨੇਡਾ ਖਾਲਸਾ ਏਡ ਟੀਮ ਕਰ ਰਹੀ ਹੈ। ਸਾਡਾ ਗੋਲ ਹੈ ਕਿ 200,000 ਮੀਲਸ ਅਸੀਂ ਕਲੈਕਟ ਕਰਨੇ ਇਨ ਰੈਕਗਨੇਸ਼ਨ ਆਪਣੇ ਸਿੱਖ ਹੈਰੀਟੇਜ ਮੰਥ ਲਈ। ਅਤੇ ਇਹ ਜਿਹੜਾ ਫੂਡ ਕਲੈਕਟ ਹੋਏਗਾ ਲੋਕਲ ਫੂਡ ਬੈਂਕਸ ਨੂੰ ਇਹ ਫੂਡ ਡਿਸਟ੍ਰੀਬਿਊਟ ਹੋਏਗਾ। ਔਲਸੋ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਏ ਹੈ ਜਿਨ੍ਹਾਂ ਨੂੰ ਹਾਰਡਸ਼ਿਪਸ ਹੈ, ਜੋਬਸ ਨਹੀਂ ਹੈਗੇ, ਉਹਨਾਂ ਨੂੰ ਫੂਡ ਦੀ ਇਸ਼ੂਜ਼ ਆ ਰਹੀਆਂ, ਖਾਸਾ ਇਹ ਟੀਮ ਉਹਨਾਂ ਨੂੰ ਸਪੋਰਟ ਕਰੇਗੀ ਜਿਹੜੇ ਫੂਡ ਇਕੱਠਾ ਹੋਇਆ ਕਿ ਉਹਨਾਂ ਨੂੰ ਅਸੀਂ ਦੇਣਾ। ਇਸ ਸਮੇਂ ਮਹਿੰਗਾਈ ਅਤੇ ਅਸਮਾਨੀ ਚੜ੍ਹੇ ਗਰੋਸਰੀ ਦੇ ਭਾਅ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਿਰਭਰਤਾ ਫੂਡ ਬੈਂਕਾਂ ਉੱਪਰ ਬਹੁਤ ਜ਼ਿਆਦਾ ਵੱਧ ਗਈ ਹੈ। ਇਕੱਲੇ ਕੱਲ੍ਹ ਦੀ ਹੀ ਫੂਡ ਡਰਾਈਵ ਦੇ ਵਿੱਚ 350 ਤੋਂ ਵੱਧ ਫੂਡ ਦੇ ਪੈਕਟ ਵੰਡੇ ਗਏ। ਪਹੁੰਚੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਕੁਛ ਦਾ ਕਹਿਣਾ ਸੀ ਕਿ ਇਸ ਔਖੇ ਸਮੇਂ ਵਿੱਚ ਖਾਲਸਾ ਏਡ ਨਾ ਸਿਰਫ ਉਹਨਾਂ ਨੂੰ ਖਾਣਾ ਮੁਹੱਈਆ ਕਰਵਾ ਰਿਹਾ ਹੈ ਬਲਕਿ ਉਹਨਾਂ ਦੀ ਵਿੱਤੀ ਮਦਦ ਅਤੇ ਮਾਨਸਿਕ ਸਹਾਇਤਾ ਵੀ ਦੇ ਰਿਹਾ ਹੈ। ਜਿਹੜੇ ਐਕਸਪੈਕਟੇਸ਼ਨ ਅਸੀਂ ਕਰਕੇ ਆਉਂਦੇ ਨਾ ਕੈਨੇਡਾ ਤੋਂ, ਐਕਚੁਅਲੀ ਰਿਐਲਿਟੀ ਕੁਛ ਡਿਫਰ ਕਰਦੀ ਹੈ। ਬਟ ਖਾਲਸਾ ਏਡ ਤੁਹਾਨੂੰ ਨਾ ਬਹੁਤ ਵਧੀਆ ਅਸਿਸਟੈਂਸ ਪ੍ਰੋਵਾਈਡ ਕਰਾਉਂਦੀ ਹੈ। ਬਿਕੋਜ਼ ਜਦੋਂ ਮੇਰਾ ਕੇਸ ਦੇਖਿਆ ਜਾਏ ਨਾ ਤੁਸੀਂ, ਸੋ ਆਈ ਗੋਟ ਫਾਈਨੈਂਸ਼ੀਅਲ ਏਡ ਫਰੋਮ ਦੈਮ ਆਲਸੋ ਐਜ ਵੈਲ ਐਜ ਗਰੋਸਰੀ ਥਿੰਗਸ ਆਲਸੋ। ਸੋ ਇਸ ਕਰਕੇ ਬਹੁਤ ਹੈਲਪਫੁਲ ਲੱਗੀ ਮੈਨੂੰ ਖਾਲਸਾ ਏਡ। ਦੂਜਾ ਨਾ ਤੁਹਾਡੇ ਇਮੋਸ਼ਨਲੀ ਵੀ ਹੈਂਡਲ ਕਰਦੇ ਹਨ, ਈਵਨ ਸਾਈਕੋਲੋਜੀਕਲੀ, ਕੋਗਨੇਟਿਵ ਥਿੰਗਸ ਬੇਸਿਕਲੀ ਜਿਹੜੀ ਹੁੰਦੇ ਨੇ ਨਾ, ਉਹ ਸਾਰੀ ਕੀ ਸਾਰੀ ਚੀਜ਼ਾਂ ਨਾ ਇਹਨਾਂ ਦੇ ਥਰੂ ਸਾਨੂੰ ਮਿਲੀ ਹੈ ਬਹੁਤ ਵਧੀਆ ਤਰੀਕੇ ਨਾਲ। ਹੰਗਰ ਕਾਊਂਟ ਦੀ ਰਿਪੋਰਟ ਦੇ ਅਨੁਸਾਰ ਮਾਰਚ 2023 ਵਿੱਚ ਪੂਰੇ ਕੈਨੇਡਾ ਵਿੱਚ ਆਮ ਲੋਕਾਂ ਵੱਲੋਂ ਫੂਡ ਬੈਂਕਾਂ ਦੀ ਲਗਭਗ 20 ਲੱਖ ਵਾਰ ਮਦਦ ਲਈ ਗਈ, ਜੋ ਕਿ ਮਾਰਚ 2022 ਦੇ ਮੁਕਾਬਲੇ 32% ਜ਼ਿਆਦਾ ਹੈ ਅਤੇ ਮਾਰਚ 2019 ਦੇ ਮੁਕਾਬਲੇ 78.5% ਜ਼ਿਆਦਾ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਫੂਡ ਬੈਂਕਾਂ ਉੱਪਰ ਲੋਕਾਂ ਦੀ ਨਿਰਭਰਤਾ ਸਾਲ ਬਰ ਸਾਲ ਵੱਧਦੀ ਜਾ ਰਹੀ ਹੈ।